लाइन में एड़ता की लग गया, 5 रुपया 1.5 लाख बन गया। मैं कहना यार घर बसाउन नालों घर बसा के जाड़ नाला सिस्टम जा बढ़िया, मैं ना बढ़िया कमाई होंगी है कि शाम पता लेने। नहीं भाई आ गया हरेक से। हाँ आ गया जय बा। इतने रहा नहीं दिन पास बाके दी रिश्तेदारी चो रिश्तेदारी चो छोटा जरा बहु वाला रौला थी वो निबड़ गया। बहु वाला रौला के मैं वो ब्याह पूजा कर रहा थी तुसी ने मुंडे दा। हाँ आऊगी बहु पेपर दे दिया ले। हाँ आऊगी है ए मुंह मसरा दी दाल ओ तेनु की पता है सारा पिंड दा कहंदा ओ किसे होर नाल बागी। ਤਾਨੂੰ ਬਾਕੀ ਕਿਹੜਾ ਕਹਿੰਦਾ ਉਹ ਸਾਰੇ ਪਿੰਡ 'ਚ ਉੱਡੀ ਹੋਈ ਆ ਗੱਲ ਤੂੰ ਐਵੇਂ ਉਹ ਕਰੀ ਜਾਂਦਾ ਉਹ ਵਿਚਾਰੀ ਬਗਾਦੀ ਜਵਾਖੜੀ ਤੇ ਉਹ ਕਰੀ ਜਾਂਦਾ ਵੀ ਆਊਗੀ ਉਹ ਆਊਗੀ ਉਹ ਤਾਂ ਕਿਸੇ ਹੋਰ ਨਾਲ ਵਾਗੀ ਆਪਦਾ ਪਤਾ ਕਰ ਲਓ ਐਵੇਂ ਲੁੱਟੇ ਜਾਊਂਗੇ। ਪਤਾ ਤਾਂ ਕਰ ਲਿਆ ਇੱਥੇ ਕਿਹੜਾ ਕਹਿੰਦਾ ਗਾ ਐਵੇਂ ਉਹੀ ਮਰੀ ਜਾਂਦੇ ਨੇ ਪਕਾਈ ਉਹ ਆਊ ਪੇਪਰ ਦੇਣ ਗਈ ਹੋਈ ਆ ਉਹ 3 ਦਿਨ ਤਾਂ ਹੋ ਗਏ ਭੂਰੇ ਨੂੰ ਕਹਿੰਦੇ ਨੂੰ ਆ ਜੱਗ ਕੇ ਨੂੰ ਹੈ ਕੱਲ ਮੈਂ ਸੁਣਿਆ ਉਹ ਦਰਸ਼ਨ ਵੀ ਕਹਿੰਦਾ ਵੀ ਕਹਿੰਦਾ ਬਾਗੀ ਕਿਸੇ ਦੇ ਉਹ ਕਾਹਨੂੰ ਬਾਗੀ ਉਹ ਮਰੀ ਜਾਂਦੇ ਨੇ ਬਾਗੀ ਬਾਗੀ ਦਾ ਮੇਰੇ ਹਾਲੇ ਫੰਗਾ ਦੇ ਡਰਾ ਬਣਾਉਂਦੇ ਨੇ ਲੋਕ ਬਾਗੀ ਆਹੋ ਬਾਗੀ ਫਿਰ ਤੂੰ ਇਹਨੂੰ ਆਪਦੇ ਨੂੰ ਲੈ ਆਓ ਜੇ ਆਉਂਦੀ ਹੈ ਲੈ ਆ ਮੈਂ ਕਹਿੰਦਾ ਪੇਪਰ ਦੇਣ ਗਈ ਹੋਈ ਆ ਯਾਰ ਜੈ ਬਾਈ ਦਾ ਉਹ ਮਰੀ ਜਾਂਦੇ ਨੇ ਤੈਨੂੰ ਪੇਪਰ ਕਿਤੇ ਉਹੀ ਤਾਂ ਨਹੀਂ ਕਿਸੇ ਹੋਰ ਨਾਲ ਨਹੀਂ ਜਾਂਦੀ ਇਹ ਵੀ ਪਤਾ ਕਰ ਲਓ। ਗਲਤ ਲਿਆ ਪਿਆਰਿਆ ਓਏ ਹੈਂ ਕਿਤੇ ਭੈਣ ਦਾ ਰਾਣੋ ਯਾਰ ਖਰਾਬ ਨਾ ਹੋ ਜੇ ਉਹ ਨਹੀਂ ਬੈਠਿਆ ਓਏ। ਹਾਂ ਉਹੀ ਹੈ खेत जाना था मेला था मोटर जी आही है इतने ला खड़ता साइड का पता लग रहा था कम कर ਹਰੀ ਆ ਜਾ ਪਿਆਰੇ ਖੜ ਜਾ ਆ ਲਾ ਦਾ ਰਾਣੋ ਲਾ ਦਾ ਸਾਈਡ ਤੇ ਰਾਣੋ ਖੜਾ ਦੇ ਇੱਥੇ ਖੜਾ ਦੇ ਆਉਂਦਾ ਆਉਂਦਾ ਤਾਂ ਨਹੀਂ ਇੱਧਰ ਕੁਛ ਕੋਈ ਨਹੀਂ ਆਉਂਦਾ ਫਿਰ ਆ ਜਾ ਪੱਕੀ ਗੱਲ ਹੈ ਹੈ ਪੱਕੀ ਗੱਲ ਹੈ ਹਾਂ ਹਾਂ ਆ ਜਾ ਘਰ ਰੇੜਾ ਰੂੜਾ ਆ ਜਾਂਦਾ ਹੁੰਦਾ ਕਈ ਵਾਰ ਖੜ ਜਾ ਫਿਰ ਹੈਂਡ ਬ੍ਰੇਕ ਲਾਉਣਾ ਰਾਣੂ ਵੇ ਇਹ ਕਿਹਦੀ ਚੱਕੀ ਫਿਰਦਾ ਹੈ ਆ ਕਿਹਦੀ ਚੱਕੀ ਫਿਰਦਾ ਕੀ ਦੀ ਕਿ ਆਪਾਂ ਲੈ ਲਈ ਚਲ ਪਤਾ ਹੀ ਆ ਭਾਈ ਤੇ ਹੋਰਾ ਦੇਖ ਨਹੀਂ ਆ ਭਾਈ ਹਰ ਦਾ ਸੀਸਾ ਰਹੇਗਾ ਓਏ ਸੀਸਾ ਚਾੜਦਾ ਚਲ ਕੋਈ ਨਾ ਇੱਥੇ ਖੜ ਜਾ ਕੁੱਟਾ ਕੀ ਖੋਲੀ ਓਏ ਕੰਡਾ ਲਿਆ ਕੈਂਚਰ ਤੇ ਆ ਹੈ ਹੈ ਆਪਾਂ ਇਹਦਾ ਪੱਗਾ ਕੀ ਖੜਦਾ ਹੈ ਪੱਗਾ ਕੀ ਰਾਣੋ ਚ ਪੱਗ ਕੀ ਕਰਾ ਲਿਆ ਆਪਾਂ ਲੈ ਲਈਏ ਇਹ ਚਲ ਭਾਈ ਹਾਂ ਹਾਲਤ ਵਧੀਆ ਪਈਆ ਦੇਖ ਹੈ ਹਾਂ ਮੈਨੂੰ ਤਾਂ ਕੀ ਪਤਾ ਪਿਆ ਰਹੇ ਨਾ ਨਾ ਵਧੀਆ ਆਏ ਸਿਆਲ ਸੂਲ ਚ ਹੁਣ ਵਧੀਆ ਇੱਥੇ ਮੋਟਰਸਾਈਕਲ ਤੇ ਹਵਾ ਲੱਗਦੀ ਹੈ ਹੈ ਹਵਾ ਲੱਗ ਕੇ ਮੈਨੂੰ ਛੇਤੀ ਹੁੰਦਾ ਜ਼ੁਕਾਮ ਜਾ ਮੇਰੇ ਚਾਰਜ ਨੂੰ ਉੱਲੀ ਵਧੀਆ ਇਹ ਤਾਂ ਹੈ ਉੱਲੀ ਲੱਗੀ ਚਾਰ ਨੂੰ ਦਬਾਅ ਦਬੂ ਘੱਟ ਪਾਇਆ ਹੋਣਾ ਜਾਂ ਤਾਂ ਤੁਹਾਨੂੰ ਚਾਰ ਤੇ ਆਏ ਤਾਂ ਲੱਗਦੀ ਨਹੀਂ ਹੁੰਦੀ ਉੱਲੀ ਘਰੇ ਨਹੀਂ ਜਾ ਕੇ ਆਇਆ ਘਰੇ ਤਾਂ ਮੈਂ ਗਿਆ ਤੀ ਜੰਦੇ ਜੁੰਦੇ ਜੇ ਲਾਰਖੀ ਦੀ ਘਰੇ ਤਾਂ ਅੱਛਾ ਫਿਰ ਇੱਥੇ ਹੀ ਭਗ ਜਾਣਾ ਖੇਤ ਇੱਥੇ ਬਹਿ ਲਾਂਦੇ ਕਿ ਮੋਟਰ ਤੇ ਚੱਲਣਾ ਉਹ ਕਰ ਲਾ ਉਰੀ ਬਹਿ ਜਾਂਦੇ ਉਰੀ ਬਹਿ ਜਾਂਦੇ ਚੱਲ ਬਹਿ ਜਾ ਇੱਥੇ ਆਈ ਆਈ ਹੋਰ ਮੈਂ ਫਿਰ ਠੀਕ ਆ ਤੂੰ ਤੇਰੇ ਵਾਲੀ ਪਰਜਾਈ ਗਈ ਹੋਈ ਆਪਣਾ ਮੈਂ ਜਿੰਦਾ ਲਾਇਆ ਇੱਥੇ ਅੱਛਾ ਚੱਲ ਜਾਂਦੀ ਰਹਿੰਦੇ ਨੇ ਕੰਮ ਕਰ ਤੇ ਤਾਂ ਹੋਰ ਹੋਰ ਦੱਸ ਫਿਰ ਹੋਰ ਤਾਂ ਵਧੀਆ 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 ਕਰੀ ਗੱਲਬਾਤ ਫਿਰ ਉਹਨਾਂ ਨਾਲ ਕੋਈ ਗੱਲ ਹੀ ਦੱਸਣ ਆਇਆ ਸੀ ਮੈਂ ਤਾਂ ਹਾਂ ਕੀ ਕਹਿੰਦਾ ਹੁਣ ਆਇਆਗਾ ਹਰੀ ਚੱਲ ਅਗਲੇ ਤਾਂ 8 ਮੰਗਦੇ ਦੀ ਗਏ ਹੁਣ ਆਪਾਂ ਮਾੜਾ ਮੋਟਾ ਚੱਲ ਘਟਾਤਾ ਆਪਾਂ ਉਹਨੂੰ ਕਹਿ ਸੁਣ ਕੇ ਨਾ ਠੀਕ ਆ ਪਿਆਰੀ ਹਾਂ ਹੁਣ ਉਹਨਾਂ ਦੀ ਸੂਈ ਆ ਜਿਹੜੀ 5 ਤੇ ਅੜ ਗਈ ਓਏ ਕਿਉਂ ਨਹੀਂ ਤੂੰ ਹੀ ਤੋੜਦਾ ਤੂੰ ਹਾਂ ਹਾਂ
ਤੈਨੂੰ ਤਾਂ ਮੇਰੀ ਕਬੀਲਦਾਰੀ ਦਾ ਪਤਾ ਪਿਆਰਿਆ ਤੇ ਇੱਥੋਂ ਕਾਹਦਾ ਉੱਲਾ ਹਰੀ ਐ ਨਹੀਂ ਉੱਲਾ ਤੇ ਇੱਥੇ ਤੋਂ ਕੋਈ ਮੈਂ ਤਾਂ ਦੇਖ ਹੁਣ ਭਾਈਚਾਰੇ ਕਰਕੇ ਅੱਠ ਤੋਂ ਹੌਲੀ ਹੌਲੀ ਕਰਦਾ ਕਰਦਾ ਪੰਜ ਤੇ ਲਾਇਆ ਮੈਂ ਤਾਂ ਤੇਰੀ ਕੀਟੂ ਹੀ ਤੋੜੀ ਅਗਲੇ ਨੇ ਭਾਈ ਪਰਚਾ ਦੇਤਾ ਤੂੰ ਹੀ ਤਾਂ ਤੇਰੀ ਪੁਲਿਸ ਵਾਲੇ ਤੋੜਨਗੇ ਤੇਰੀ ਸੁਣ ਲਾ ਗੱਲ ਪਿਆਰੇ ਰੁਪਈਆ ਮੈਂ ਤੈਨੂੰ ਨਾਲ ਚਾਰਜ ਗੱਲ ਕਰ ਲਾ ਬਈ ਮੈਂ ਪੰਜ ਤੂੰ ਆਪ ਦੇਖ ਮੈਂ 5 ਲੱਖ ਕਿੱਥੋਂ ਦੇ ਦੇਣਾ ਮੈਂ ਹਰੀ ਵਿਆਹ ਕਮਾਈ ਕਿੱਥੇ ਆ ਮੈਂ ਹਰੀ ਵਿਆਹ ਕੀਤੀ ਬਈ ਦਲੀ ਵਰ ਕੀਤਾ ਛਾਂ ਪਗਲਿਆਂ ਨੇ ਰਿਸ਼ਤੇਦਾਰਾਂ ਨੂੰ ਪਾਈ ਆਗੀ ਉਹਦੇ ਗਾਹਾਂ ਨਾਨਕੇ ਤੀ ਗਏ 3 ਲੱਖ ਤਾਂ ਉਹ ਲਾ ਗਏ ਹੈਂ ਹੁਣ ਉਹਨਾਂ ਨੂੰ ਗੱਲ ਕਹੀ ਉਹ ਕਹਿੰਦੇ ਸਾਨੂੰ ਆਪਣਾ ਉਹ ਕਰੋ ਮੈਂ ਉਹਨਾਂ ਦੇ ਨਾਨ ਕਹਿੰਦੇ ਪਰ ਮੈਂ ਦੇਵਾਂ ਹੁਣ ਤੂੰ ਤਾਂ ਕਿਉਂ ਦੇਗਾ ਹੁਣ ਨਾਨਕੇ ਨੂੰ ਤਾਂ ਪਤੀ ਆ 1-2 ਤਾਂ ਤੀ ਉਹਨਾਂ ਦਾ ਯਾਰ ਉਹਨਾਂ ਦਾ ਕਿਹੜਾ ਪਤਾ ਕੰਧਾਂ 'ਚ ਵੱਜਦੇ ਫਿਰਦੇ ਨੇ ਮੇਰੀ ਗੱਲ ਸੁਣ ਲਾ ਪਿਆਰ ਪਿਆਰ ਆ ਹਰਨੇਕ ਨੇ ਮੂੰਹੋਂ ਕਹਿ ਕੇ ਮੈਥੋਂ ਮੀਟ ਕਰਵਾਇਆ ਮੂੰਹੋਂ ਕਹਿ ਕੇ ਮੈਥੋਂ ਸ਼ਰਾਬ ਦਾਲਾ ਸਬਜ਼ੀਆਂ ਪਿੱਛੇ ਕਾਹਨੂੰ ਉਹੀ ਗੱਲ ਟਮਾਟਰ ਪਿੱਛੇ 150 ਦਾ ਪਹਿਲਾਂ ਮੁਕਰਾ ਜਾਂਦਾ ਯਾਰ ਸਾਡੇ ਨਹੀਂ ਵਰਦੀ ਘਰੇ ਸ਼ਰਾਬ ਸਾਡੇ ਕੋਈ ਪੀਂਦਾ ਨਹੀਂ ਬਾਈ ਉਹ ਤਾਂ ਫਿਰ ਹੁਣ ਮਾਣ ਆਦਰ ਕਰਨਾ ਪੈਂਦਾ ਹੁੰਦਾ ਚੈੱਕ ਕਰਵਾਈਏ ਕਹਿੰਦਾ ਬਰਾਤ ਆਊਗੀ ਖੁੱਲੀ ਹੈ ਸਾਰਾ ਕੁਝ ਮੈਥੋਂ ਮੇਰਾ ਕਰਾਤਾ 10 ਲੱਖ ਰੁਪਈਆ ਖਰਚਾ ਆਪਦਾ 2-2.5 ਲੱਖ ਕਰਿਆ ਮੰਗਦਾ ਭਾਈ ਹੁਣ ਮੇਥੋਂ 5 ਲੱਖ ਮੈਂ ਕਿੱਥੋਂ ਦੇਦਾ ਮੈਂ ਤਾਂ ਮਰ ਜਾਣਾ ਫਿਰ ਫਾਹਾ ਲੈ ਲੈਂਦਾ ਐ ਤਾਂ ਕਹੂੰ ਫਾਹਾ ਫਿਰ ਸਾਲਾ ਰੁਪਈਆ ਨਹੀਂ ਮਿਲਣਾ ਉਹਨੂੰ ਐ ਤਾਂ ਖਰਕਾ ਨੂੰ ਫਾਹ ਐ ਪਤਾ ਕੀ ਗੱਲ ਹੋ ਜਾਂਦੀ ਦੇਖ ਜਿਹੜੀਆਂ ਤੂੰ ਆਹ ਗੱਲਾਂ ਕਰਦਾ ਮੀਟ ਸ਼ਰਾਬਾਂ ਵਾਲੀਆਂ ਇਹ ਤਾਂ ਭਾਈ ਮਾਣ ਤਾਣ ਕਰਨਾ ਕਹੀਆਂ ਜਾਂਦੀਆਂ ਨੇ ਪਹਿਲਾਂ ਕਹੀਆਂ ਜਾਂਦੀਆਂ ਤੂੰ ਉਹੀ ਬੰਦਾ ਬੋਲਦਾ ਊਣੀ ਬੋਲਦਾ ਬੰਦਾ ਦੁਖੀ ਬੋਲਦਾ ਫਿਰ ਤੇਰੇ ਨਾਲ ਕਿਹੜਾ ਥੱਲੇ ਨਾਲ ਸੱਟ ਹੋਈ ਆ ਯਾਰ ਇਨਸਾਨੀਅਤ ਨਹੀਂ ਰਹੀ ਅਗਲੇ ਦਾ ਭੈਣ ਦਾ ਕਬੂਤਰ ਵਰਗਾ ਮੁੰਡਾ ਯਾਰ ਉਹ ਡੁੱਬ ਗਿਆ ਹੁਣ ਪਹਿਲਾਂ ਤੁਹਾਨੂੰ ਦੇਖ ਮੇਰੀ ਗੱਲ ਸੁਣਨਾ ਹੁਣ ਤਾਂ ਤੂੰ ਮੇਰੇ ਤੇ ਪੈਣਾ ਚੱਕੇ ਚਾਰੇ ਪੈਰ ਜਦੋਂ ਭਾਈ ਉਦੋਂ ਅੱਖਾਂ ਫੁੱਟੇ ਨੇ ਜਦੋਂ ਕਹਿੰਦੇ ਸੀਗੇ ਬੋਲੋ ਭਾਈ ਸਾਡੇ ਨਾਲ ਅਸੀਂ ਗੱਲ ਕਰ ਲਈ ਉਦੋਂ ਕਾਹਤੋਂ ਨਹੀਂ ਕਿਹਾ ਤੁਸੀਂ ਲੋਕ ਸਾਮੇ ਪੈਸੇ ਲੈ ਕੇ ਮੁੱਕਰ ਜਾਂਦੇ ਨੇ ਮੈਂ ਮੁੱਕਰਿਆ ਤਾਂ ਨਹੀਂ ਮੈਂ ਤਾਂ ਦੇ ਰਿਹਾ ਬਾਈ ਮੈਂ ਮੁੱਕਰ ਆਪਣੇ ਤਾਂ ਸਾਮੇ ਪੈਸੇ ਲੈ ਕੇ ਮੁੱਕਰ ਜਾਂਦੇ ਨੇ ਕਰ ਤੂੰ ਮੁੱਕਰ ਅੱਥ ਨੇ ਤੁਹਾਡੇ ਬਿਜਲੇ ਸਾਲੇ ਦੇ ਨਾ ਹੂਟਰ ਵੱਜਣ ਫਿਰ ਭਾਈ ਆ ਜਾਂਦੇ ਜਿਹੜਾ ਹੁੰਦਾ ਆ ਜਾਂਦੇ ਪਿਆਰੇ ਆ ਜਾਂਦੇ ਮੈਂ ਤਾਂ ਤੇਰੀ ਸ਼ਰਮ ਕਰਕੇ ਪਹਿਲੀ ਮਰਿਆ ਪਿਆ ਮਾਰਤਾ ਜਵਖਾਂ ਨੇ ਮਾੜੀ ਲਾਦ ਨੇ ਮਾਰਤਾ ਪਿਆਰੇ ਮੈਂ ਪਤਾ ਮਾਰਦਾ ਮਾਰਦਾ ਪਰ ਹੁਣ ਕਿਹੜਾ ਪਤਾ ਦਾ ਧੀ ਪੁੱਤ ਦੀ ਜਿਹੀ ਜੀ ਲਿਖੀ ਹੁੰਦੀ ਆ ਯਾਰ ਐ ਕਿਹੜਾ ਹੁਣ ਪਤਾ ਹੁੰਦਾ ਤਾਂ ਹੁਣ ਧਰੋਂ ਆਉਂਦੇ ਨੇ ਤਾਂ ਲੇਖ ਲਿਖਾਏ ਹੈ ਭਾਈ ਉਹ ਮਾਰ ਦੇਣਗੇ ਕੀ ਪਤਾ ਦੀਗਾ ਮਾਰਤਾ ਵੀ ਇਹ ਜੀ ਲਾਦ ਨਿਕਲ ਜੂ ਤੁਸੀਂ ਤਾਂ ਹੋਰ ਤਾਂ ਹੋਰ ਯਾਰ ਸੱਟ ਤੇਰੇ ਨਾਲ ਹੋਈ ਆ ਉਹਦੇ ਨਾਲ ਹੋਈ ਆ ਮੈਂ ਭੈਦਾ ਬਾਹਰ ਚ ਬੋਈਆ ਉਈ ਤੜਾਉਂਦਾ ਮਰ ਗਿਆ ਮੈਨੂੰ ਪੁੱਛਦੇ ਨੇ ਕਿ ਪਿਆਰੇ ਨੇ ਸੱਕ ਕਰਾਇਆ ਸੀ ਥੋੜਾ ਗੱਲ ਪਿਆ ਮੇਰੇ ਤਾਂ ਆਪ ਤੁਸੀਂ ਕਾਲ ਚਲਾਤੀ ਮੂੰਹ ਤੇ ਮੈਂ ਨਹੀਂ ਅੱਜ ਤੱਕ ਕਿਸੇ ਲਵੇ ਫੁੱਟਿਆ ਕੁੜੀ ਦਾ ਵਿਆਹ ਬੀਗਾ ਵੇਚ ਕੇ ਕਰਿਆ ਜੀ ਮੈਂ ਰੋਡ ਤੇ ਬੀਗਾ ਜਿਹੜਾ ਸਾਰਾ ਵੇਚਿਆ ਪਹਿਲਾਂ ਫੇਰ ਕੁੜੀ ਦਾ ਵਿਆਹ ਕਰਿਆ ਫੇਰ ਉਹਨੂੰ ਮੈਂ ਸਮਾਨ ਦਿੱਤਾ ਪਿਆਰਿਆ ਚੱਲ ਕੀ ਕਹਿ ਸਕਦਾ ਮੈਂ ਹਰਨੇਕ ਤੋਂ ਕਿਹੜਾ ਸਮਾਨ ਚੱਕ ਲਿਆ ਜਿੰਨਾ ਕੁਛ ਦਿੱਤਾ ਸਾਰਾ ਉਹਦੇ ਘਰੇ ਪਿਆ ਠੀਕ ਆ ਚੱਲ ਮੈਂ ਚੱਕਿਆ ਸਮਾਨ ਦੇਖ ਮੈਂ ਮੇਰੀ ਮੈਂ ਹੱਥ ਜੋੜ ਕੇ ਕਹਿੰਦਾ ਬਈ ਮੈਂ ਆ ਕੁੜੀ ਆ ਹੱਥ ਨਾ ਮੈਂ ਰੱਖਦਾ ਪੱਗ ਤੁਹਾਡੇ ਪੈਰਾਂ 'ਚ ਨਹੀਂ ਨਹੀਂ ਬਾਵੜਾ ਮੈਨੂੰ ਨਾ ਮਾਰੋ ਹੁਣ ਨਾ ਮਾਰੋ ਮੈਂ ਇਹਨੇ ਕਿੱਥੋਂ ਦੇ ਦੂੰਗਾ ਹਰੀ ਮੇਰੀ ਗੱਲ ਸੁਣਾ ਚੱਲ ਦੇਖ ਤੇਰੀ ਵੀ ਕਬੀਲਦਾਰੀ ਦਾ ਪਤੀ ਆ ਮੈਨੂੰ ਹੈ ਐਂ ਕਰ ਭਾਈ ਜਹੀ ਜੀ ਤੇਰੀ ਕੁੜੀ ਖਰ ਦੇਖ ਉਹੀ ਜੀ ਮੇਰੀ ਕੁੜੀ ਧੀ ਧਿਆਣੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ 50,000 ਦਾ ਮੈਂ ਹੱਲ ਕਰ ਦੂੰ ਬਹੁਤਾ ਨਹੀਂ 4.5 ਦਾ ਤਾਂ ਫਿਰ ਹੁਣ ਕਰ ਹੈਂ ਹੁਣ ਉਹਦਾ ਕਹਿਣਾ ਬੂੰਦ ਬੂੰਦ ਨਾਲ ਮਾੜਾ ਮਾੜਾ ਘੱਟਦਾ ਘੱਟਦਾ ਹੁਣ ਤੇਰਾ ਕਿੰਨਾ ਘੱਟ ਗਿਆ ਹੁਣ ਅਗਲਾ ਤਾਂ 8 ਲੱਖ 'ਤੇ ਸੂਈ ਧਰੀ ਬੈਠਾ ਤੀ ਇੱਥੇ ਤੂੰ ਭੈਣ ਦਾ ਘਰਦਿਆਂ ਦੇ ਗਾਹਾਂ ਗੁਰਦੇ ਵੇਚ ਦਿੰਦਾ ਤੁਸੀਂ ਤਾਂ ਨਹੀਂ ਤੁਹਾਡੇ ਤੋਂ ਭਰਿਆ ਜਾਣਾ ਤੀ ਹੌਲੀ 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 ਬਾਹਰ ਦਿੰਦਾ 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 ਮੈਂ ਤਾਂ 5 ਤੱਕ ਲੈ ਕੇ ਆਈ ਤੀ 5 ਦੇ ਵੀ ਮੈਂ ਹੁਣ 50 ਆਪ ਪਾ ਰਿਹਾ ਹੋਰ ਹੁਣ ਤੁਹਾਡਾ ਕੀ ਕਰਦੇ ਬਈ ਅਗਲੇ ਦਾ ਮੁੰਡਾ ਰੋਲਤਾ ਭੈਣ ਦਾ ਜਦੋਂ ਉਹਨਾਂ ਨੇ ਕਰਾ ਤੀ ਨਾ ਕਾਰ ਦੇ ਮੈਨੂੰ ਪਤਾ ਵਿੱਚ ਰਿਹਾਗਾ ਕੇਟਰਿੰਗ ਕੂਟਰਿੰਗ ਵਾਲੇ ਭੈਣ ਦੇ ਖਾਸਮ 1-1.5 ਲੱਖ ਤਾਂ ਉਹਨਾਂ ਦਾ ਹੋ ਗਿਆ ਤੀ ਬਈ ਵਿੱਚ ਰਿਹਾ ਮੈਂ ਪੈਲਸ ਦੀ ਜਿਹੜੀ ਉਹ ਭੈਣ ਦਾ ਕਹਿੰਦੇ ਸੀ ਉਦੋਂ ਕਹਿੰਦੇ ਅਸੀਂ ਕਰ ਲਿਆ ਵਾ ਚੁੱਪ ਪੈਲਸ ਦਾ ਕੀ ਹੋਇਆਗਾ ਉਹ ਚੱਲ ਉਹ ਤਾਂ ਕਹਿੰਦੇ ਤਿਆਰ ਤੀ ਇਸ ਤਾਂ ਸਾਈ ਫੜਾ ਰੱਖੀ ਤੀ ਹੈ ਕੈਸੇ ਦਿਨ ਦਿਖਾ ਤੇ ਮਾੜੀ ਤੂੰ ਮੇਰੀ ਗੱਲ ਸੁਣ ਲੈ 4:30 ਤੱਕ ਕਰ ਕਿਵੇਂ ਨਾ ਕਿਵੇਂ ਹੋਰ ਸੁਣ ਲੈ ਗੱਲ ਪਿਆ ਹਾਂ ਮੈਂ ਰੁਪਈਆ 3.5 ਲੱਖ ਦੂੰ ਤਿੱਥੋਂ ਜਿੰਨਾ ਹੁੰਦਾ ਭਾਈ ਕਰ ਲਾ ਨਾ ਐਂ ਥੋੜੂ ਹੁੰਦਾ ਯਾਰ ਪਰ ਗੱਲ ਐਂ ਤਾਂ ਫਿਰ ਹੁਣ ਤੂੰ ਜਮਾ ਬਾਈ ਝੁੱਗਾ ਚੱਕ ਲੈ ਫਿਰ ਭਾਈ ਘਰ ਵੇਚ ਦਿੰਦਾ ਡੰਗਰ ਵੇਚ ਦਿੰਦਾ ਭਾਈ ਹਰੀ ਮੇਰੀ ਗੱਲ ਮੈਂ ਭਗ ਜਾਂਦਾ ਕਿਸੇ ਡੇਰੇ 'ਚ ਬਹਿ ਜਾਂਦਾ ਜਾ ਕੇ ਪਹਿਲਾਂ ਹੋਰ ਮੈਂ ਕੀ ਕਰਾਂ ਮੇਰੀ ਗੱਲ ਸੁਣ ਉਹਨਾਂ ਨੂੰ ਮੈਂ ਮਨਾ ਲਿਆ ਮਖਾਂ ਐਂ ਕਰਕੇ ਭਾਈ ਬੰਦਾ ਮਖਾਂ ਹੋਆ ਮਖਾਂ ਜੇ ਭੈਣ ਦਾ ਮਰ ਖੱਪ ਗਿਆ ਮਖਾਂ ਤੁਹਾਡੇ ਮਖਾਂ ਚਿੱਠੀ 'ਤੇ ਤੁਹਾਡਾ ਨਾਂ ਲਿਖ ਕੇ ਵਗ ਗਿਆ ਮਖਾਂ ਸਾਰਾ ਮਖਾਂ ਤੁਹਾਡਾ ਟੱਬਰ ਮਖਾਂ ਘਸੀਟਦਾ ਮਰ ਜੂਗਾ ਪੁਲਿਸ 'ਚ ਕੀ ਰੋਂਦੇ ਹੋ ਮਖਾਂ ਤੁਸੀਂ ਕਹਿੰਦੇ ਫਿਰ ਐਂ ਕਰ ਕਹਿੰਦੇ ਚੱਲ 5.5 ਦਵਾ ਦੇ ਮਖਾਂ ਚੱਲ 5 ਦਵਾ ਦਿੰਦਾ
अद्धी रात नूं मैनूं उठ के कह दिंदी बापू मैनूं आ चीज चाहिए मैं मंगांदा उहनूं ओए मैं लिया के दिंदा भी ना भाई मेरे पुत्त की हैगा मेरी धी मेरा पुत्ता मेरी धी मेरा पुत्ता ओए है बापू सारे पिंड धी जीना नहीं पाउंदी प्यारिया बापू मैं जीना पाने मैं पाला तू मेरा पुत्ता चल कानू हरी तू मन हौला कर दा हुण की कर सकदे बई है जिहड़ी कसट होगी होगी मेरी गल सुन हुण तू मिट्टी पाए गल्लां नूं पिंड दे विच होर उहदा कहना गल्लां बन गईआं वी ऐ करके लैके मुंडिआं तों पैसे खा गया कुछ नहीं दित्ता साढ़े चार दा तां कर दे हिला किवें ना किवें हैं जे अगलिआं ने कोट कचहरीआं च कड़ी इस्ता उत्थे होर तेरी दाढ़ी रुलदी फिरू हैं की करोगे फिर माड़ा मोटा मोटर ਨਾਲ ਲੱਗਵੇਂ ਨੇ ਸਾਰੇ ਹੋਰ ਯਾਰ ਕਹਿੰਦੇ ਮੂਲੀਆਂ ਵਾਲੇ ਪਰੌਂਠੇ ਖਾਣੇ ਨੇ ਪਾਪਾ ਵਹਾਂ ਲੈ ਆਉਂ ਕੋਈ ਨਾ ਗਾਜਰਾਂ ਲੈ ਜੀ ਗਾਜਰਾਂ ਗਾਜਰਾਂ ਵੀ ਹੈ ਹਾਂ ਹੈਗੀਆਂ ਨੇ ਬਸ ਠੀਕ ਹੈ ਗਾਜਰ ਪਾ ਕੇ ਕੋਈ ਨਾ ਕੋਈ ਨਾ ਕੋਈ ਗਾਜਰ ਪਾ ਕੱਢ ਲਈ ਕੋਈ ਨਾ ਬਾਤੂ ਨੇ ਹਲੋ ਪਾਣੀ ਐ ਮੂੰਹ ਲਟਕਾਇਆ ਓਏ ਨਾ ਨਾ ਮੈਨੂੰ ਵੀ ਹੁਣ ਠੀਕ ਆ ਮੈਂ ਅੱਛ ਖੇਡ ਲਿਆ ਕਰ ਆਪ ਟੋਲੀ ਰਹਾ ਦਾ ਕੁਝ ਹੋਣਾ ਦੀ ਹੋ ਗਿਆ ਸਾਰਾ ਦਿਨ ਮੂੰਹ ਲਟਕਾਈ ਫਿਰਦਾ ਰਹਿਣਾ ਛੱਡ ਦੇ ਆਹ ਬੰਦ ਕਰ ਦੇ ਇੱਥੋਂ ਬੰਦ ਕਰ ਦੇ ਨੂੰ ਕੰਮ 'ਚ ਧਿਆਨ ਦੇ ਲਿਆ ਕਰ ਸਾਰਾ ਦਿਨ ਉੱਧਰ ਹੀ ਦਿਮਾਗ ਰਹਿੰਦਾ ਤੇਰਾ ਜਿਹੜਾ ਕੁਛ ਹੋਣਾ ਸੀ ਭਾਈ ਹੋ ਗਿਆ ਹੁਣ ਤੂੰ ਇੰਨਾ ਕਿੰਨਾ ਕੁ ਟਾਈਮ ਐਂ ਦੇਖੀ ਜਾਏਗਾ ਅੱਗੇ ਬਾਰੇ ਵੀ ਸੋਚ ਲੈ ਊਂ ਹੀ ਲੱਗਦਾ ਬਈ ਠੀਕ ਆ ਹੁਣ ਤਾਂ ਮੈਂ ਊਂ ਕਿਉਂ ਲੱਗਦਾ ਮੂੰਹ ਦੇਖੀ ਆਪਦਾ ਕਿਵੇਂ ਲਟਕਾਇਆ ਜੇ ਇੰਨਾ ਹੀ ਹੇਜ ਆਉਂਦਾ ਸੀਗਾ ਫਿਰ ਸਾਂਭ ਲੈਂਦਾ ਉਹਨੂੰ ਸਮੀ ਕਿਉਂ ਨਹੀਂ ਲੈ ਚੱਲ ਟੋਲੀ ਪਵਾ ਬਈ ਹੁਣ ਤੂੰ ਵੀ ਮੈਨੂੰ ਕਹਿੰਦਾ ਹੈਗਾ ਪਹਿਲਾਂ ਮੇਰਾ ਪਿਓ ਮੈਨੂੰ ਕਹਿੰਦਾ ਸੀਗਾ ਤੈਨੂੰ ਪਤਾ ਬਈ ਜਿੱਦਣ ਸਾਡੀ ਪਹਿਲੀ ਦਾਤ ਸੀ ਸਾਡੇ 'ਚ ਕੀ ਗੱਲਬਾਤ ਹੋਈ ਸੀ ਹਾਂ ਦੱਸ ਮੈਨੂੰ ਕਹਿੰਦੀ ਸੀ ਮੂੰਹ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਹੈਗੇ ਪਹਿਲਾਂ ਆਪਾਂ ਇੱਕ ਦੂਜੇ ਨੂੰ ਸਮਝ ਲਈਏ ਜਾਣ ਲਈਏ ਫਿਰ ਆਪਾਂ ਰਿਲੇਸ਼ਨ ਨੂੰ ਅੱਗੇ ਵਧਾਵਾਂਗੇ ਮੈਂ ਕਿਹਾ ਠੀਕ ਆ ਕਿ ਅਣਜਾਣ ਬੰਦੇ ਨਾਲ ਵੈਸੇ ਵੀ ਰਿਲੇਸ਼ਨ ਨੂੰ ਅੱਗੇ ਨਹੀਂ ਵਧਾਉਂਦਾ ਹੁੰਦਾ ਐਵੇਂ ਅਸੀਂ ਪਹਿਲੀ ਰਾਤ 'ਤੇ ਵਿਚਾਲੇ ਗੱਦਾ ਲਾ ਕੇ ਪਏ ਅਗਲੇ ਦਿਨ ਸਾਡੀ ਰੋਟੀ ਆਈ ਮੇਰੇ ਥਾਲ 'ਚੋਂ ਅੱਡ ਰੋਟੀ ਖਾਧੀ ਉਹਨੇ ਮੇਰੇ ਝੂਠੇ ਗਲਾਸ 'ਚ ਪਾਣੀ ਨਹੀਂ ਪੀਂਦੀ ਸੀਗੀ ਉਹਦੀ ਹਰੇਕ ਗੱਲ ਮੰਨੀ ਮੈਂ ਜੋ ਕੁਛ ਚਾਹੁੰਦੀ ਸੀਗੀ ਚੋਕਲੇਟਾਂ ਲੈ ਕੇ ਦਿੱਤੀਆਂ ਉਹਨੂੰ ਹੋਰ ਬਥੇਰਾ ਅਲਮ ਗਲਮ ਲੈ ਕੇ ਦਿੱਤਾ ਖਾਣ ਪੀਣ ਨੂੰ ਵੀ ਅਗਲੀ ਸਿੱਧੇ ਮੂੰਹ ਗੱਲ ਤਾਂ ਕਰ ਲਏ ਪਰ ਬਈ ਮੈਨੂੰ ਤਾਂ ਉਹਨੇ ਕਦੇ ਬੁਲਾਇਆ ਹੀ ਨਹੀਂ ਚੱਜ ਨਾਲ 10 ਦਿਨ ਰਹੀ ਹੈ ਮੇਰੇ ਕੋਲ 10 ਦਿਨ 11ਵੇਂ ਦਿਨ ਜਾਣ ਲੱਗੇ ਮੈਨੂੰ ਕਹਿੰਦੀ ਕਹਿੰਦੀ ਸਿੰਮੂ ਮੈਂ ਤੈਨੂੰ ਪਸੰਦ ਨਹੀਂ ਕਰਦੀ ਮੈਨੂੰ ਤੂੰ ਵਧੀਆ ਨਹੀਂ ਲੱਗਦਾ ਫਿਰ ਤੂੰ ਕੰਜਰ ਦਾ ਫੁੱਟਦਾ ਕਿਸੇ ਲਵੇ ਫੁੱਟਿਆ ਕਿਉਂ ਨਹੀਂ ਇੰਨੇ ਦਿਨ ਕਿਹਦੇ ਕੋਲ ਫੁੱਟਦਾ ਬਈ ਪਿਓ ਲਵੇ ਫੁੱਟਦਾ ਮੇਰੇ ਲਵੇ ਫੁੱਟਦਾ ਕਿਸੇ ਲਵੇ ਤਾਂ ਫੁੱਟਦਾ ਮੇਰਾ ਪਿਓ ਕੋਲ ਫੁੱਟਦਾ ਮੇਰਾ ਪਿਓ ਤਾਂ ਸਾਲਾ ਮੇਰਾ ਪਿਓ ਨਹੀਂ ਬਣ ਸਕਦਾ ਕਦੇ ਮੇਰਾ ਯਾਰ ਕਿਵੇਂ ਬਣੂਗਾ ਮੇਰੀ ਗੱਲ ਤਾਂ ਕਦੇ ਸੁਣੀ ਨਹੀਂ ਮੈਨੂੰ ਘਰ ਤੋਂ ਤਾਂ ਕਦੇ ਬਾਹਰ ਜਾਣ ਨਹੀਂ ਦਿੱਤਾ ਉਹਨੇ ਫਿਰ ਤੂੰ ਮੇਰੇ ਲਵੇ ਆ ਜਾਂਦਾ ਮੈਨੂੰ ਫੋਨ ਮਾਰ ਲੈਂਦਾ ਮੈਂ ਮਰ ਗਿਆ ਸੀ ਯਾਰ ਤੁਹਾਡੇ ਨਾਲ ਕਿੱਥੇ ਵਰਤਣ ਦਿੰਦਾ ਉਹ ਸ਼ਰੀਕ ਕਹਿੰਦਾ ਤੁਹਾਨੂੰ ਤਾਂ ਸ਼ਰੀਕ ਹੋ ਤੁਸੀਂ ਉਹ ਯਾਰ ਸਿੰਮੂ ਇਹ ਤਾਂ ਆਪਣੇ ਪਰਿਵਾਰਾਂ ਦੀਆਂ ਨੇ ਯਾਰ ਆਪਣੇ ਪਿਓ ਦੀਆਂ ਗੱਲਾਂ ਨੇ ਇਹ ਆਪਣੇ ਘਰਦੇ ਨੇ ਸਾਰੀਆਂ ਆਪਾਂ ਦੇਖਾਂਗੇ ਆਪਾਂ ਤਾਂ ਭਾਈ ਹਾਂ ਇਹ ਤਾਂ ਮਰਦੇ ਨੇ ਤਾਂ ਪਹਿਲਾਂ ਵੀ ਐਂ ਮਰੇ ਨੇ ਪਹਿਲਾਂ ਮੇਰਾ ਪਿਓ ਵੀ ਸਪਰੇਅ ਪੀ ਕੇ ਮਰਿਆ ਹੈਗਾ ਉਹ ਵੀ ਐਂ ਮਰਿਆ ਵੀ ਮੈਨੂੰ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਆਪਾਂ ਤਾਂ ਭਾਈ ਹਾਂ ਇਹ ਤਾਂ ਸਾਡੇ 100 ਵਾਰੀ ਲੜਨਗੇ ਯਾਰ ਮੇਰੇ ਵਾਰੀ ਇੱਕ ਹੋਣਗੇ ਮੇਰੇ ਪਿਓ ਨੇ ਮੇਰੀ ਮਾਂ ਨੂੰ ਕੁੱਟ ਕੁੱਟ ਕੇ ਭਿਆ ਤਾਂ ਨਾ ਮੈਨੂੰ ਕਦੇ ਮੇਰੀ ਮਾਂ ਦਾ ਸੁੱਖ ਮਿਲਿਆ ਨਾ ਮੈਨੂੰ ਮੇਰੀ ਘਰਵਾਲੀ ਦਾ ਮਿਲਿਆ ਉਹ ਫਿਰ ਤੂੰ ਮੇਰੇ ਲਵੇ ਤਾਂ ਫੁੱਟ ਲੈਂਦਾ ਆਪਾਂ ਤਾਂ ਭਾਈ ਹਾਂ ਉਹ ਤਾਂ ਜਿਹੇ ਜਿਹੇ ਹੈਗੇ ਨੇ ਮੈਂ ਤੈਨੂੰ ਕਦੇ ਸਮਝਿਆ ਵੀ ਤੂੰ ਮੇਰਾ ਭਾਈ ਨਹੀਂ ਕੀ ਹੋਇਆ ਜੇ ਆਪਾਂ ਇੱਕ ਢਿੱਡੋਂ ਨਹੀਂ ਜੰਮੇ ਖੂਨ ਤਾਂ ਆਪਣਾ ਇੱਕੋ ਆ
तू मेरे लवे फुटदा भी भाई आ गल जिह जहाँ मेरे तो हल हूं मैं करदा इन्ना कुछ चली गया कला तू मेरे लवे तो आंदा एक बारी भी मिंटू भाई आ गल चल तेरे नाल जांदा मैं आप चल बस चुप कर कुछ नहीं चाचा मासी नू याद करन लग गया सीगा मासी नू कहो याद करता ती आपदी मां नू याद करता हूं जिहड़ी गई आ तो क्यों चाचा तू तू इन ताने मरी जाना जवाक की लगना गा नाल लगी तो यार मेरे चल घर उरे रोई जाना क्यों चल घरे तो उरी रहू मेरे लवे जद देख इन कित बाहर नहीं निकल दिता जवाक आ हूं यह मां ने खा लिया हुण इहदे वाली ने खा लिया क्यों खा लिया मां ने सारा मासी इन्नी वधिया दिखदी तेरे लक्षणी गई आ इहदी तां जिंदगी रुल गई जवाक दी तड़के लिया मैं की हटाउणा आहो फिर तू ऐ हो जा कर तरके लिया मैं तेनों इन्ना कहा भी मैनू दस पा दे मैनू पुछ लैंदा एक बारी मेरे इन्ने यार मित्र ने कुछ मर्जी दसदा मैं तेनू पुछ गिछ के तो एक बारी भी फुटे साडे लवे तू करा दे हुण जा असीं करा दांगे लै हुण फिर बेचना ही असीं करावांगे तां बेच मैं की कहदा ला दे इहदे रंग लाउणे सी तू तू करा दी सारे पासे मैं कराई आ तां खबर कही जीती ओ चाचा तेरी तां उमर नंगी जवाक बारे तां सोच रोक ला के रखदा जवाक नूं छोटी उमरे तां मैं करिया दहाजू दहाजू नाले हो रहा असि आप ही करा दांगे कोई नी कोई ना जी उथे मेरा सने ताप दे नु रब ते रोई जाना होर ने बिना रो भी कोई भेंट दा खसम मेने मारी जांदे ने लोक की करा मैं तेरे नु बद चाचा कोई नी मेने मारदा तेरा जवाक है सोच लिया कर माड़ा मोटा बई इनू के बोल पे हुण घरे आके मेनू बोलूगा इह की बोलू है तेनू बाला ना दुए दे मुरे मूतिया कर माड़ा मरदा तू नशे करदा गलत कम करदा कोई तू पढ़िया लिखिया माड़ा मोटा दिमाग तो कम लिया कर बड़ा हो गया हुण तू किन्ना के टाइम इहदे थल्ले लग्या रहेगा इहदी तां नंगी उमर पी पी दारूआं कढ़दी ओ यार हुण प्यो आ हुण सामणा तां पऊगा ही हुण मैं दस गई पर साम ढंग नाल साम आपदे आप नूं भी साम इहदा की हैगा बाला ने तूं डरिया करन वाले कोई नहीं मैं करदा हल सारा कहना जाके मेरी मां नूं भी कर भाई हल मुंडे दा इन्ना ना डरिया कर फुट्टा कर किसे लवे इधरों पवा ਉਹਦੇ ਦਾ ਫੁੱਟਦਾ ਮੇਰੇ ਲਵੇ ਦੱਸ ਅਰੇ 10 ਲੱਖ ਭਾਈ ਤੂੰ ਕੁੜੀ ਦੇ ਵਿਆਹ ਨੂੰ ਲੈ ਗਿਆ ਸੀ ਉਹ ਨਹੀਂ ਤੇ ਤੋਂ ਮੁੜਿਆ 4.5 ਲੱਖ ਤੂੰ ਹੋਰ ਲੈਣ ਆ ਗਿਆ ਹੁਣ ਤੈਨੂੰ ਕਾਹਦਾ ਦੇਈਏ ਭਾਈ ਮੈਨੂੰ ਪਤਾ ਦੀ ਬਾਬੂ ਜੀ ਤੁਸੀਂ ਕਹੋਗੇ ਹਾਂ ਮੈਂ ਤੁਹਾਡੀ ਪਾਈ ਪਾਈ ਮੋੜ ਦੂੰਗਾ ਤੁਸੀਂ ਫਿਕਰ ਨਾ ਕਰੋ ਫਿਰ ਕੋਈ ਭਾਈ ਮਾੜੀ ਮੋਟੀ ਕੋਈ ਔਕੜ ਕੋਈ ਸਾਡਾ ਮਨ ਖੜਾ ਵਾ ਵੀ ਕਰ ਮੈਨੂੰ ਪਤਾ ਦੀ ਬਾਬੂ ਜੀ ਆ ਮੈਂ ਜ਼ਮੀਨ ਦੇ ਨੰਬਰ ਲੈ ਕੇ ਆਇਆ ਇਹਦੇ ਮੈਂ ਨੰਬਰਾਂ ਦਾ ਕੱਲਿਆਂ ਦਾ ਕੀ ਕਰੂੰਗਾ ਭਾਈ ਮੇਰੀ ਗੱਲ ਤਾਂ ਸੁਣੋ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਪੂਰੀ ਮੈਂ ਕੱਲ੍ਹ ਨੂੰ ਸਵੇਰੇ 9 ਵਜੇ ਨੰਬਰਦਾਰ ਮੈਂਬਰ ਗਵਾਹ ਲੈ ਕੇ ਤੁਹਾਡੇ ਨਾਲ ਕਚਹਿਰੀਆਂ 'ਚ ਗਹਿਣੇ ਕਰਾ ਦੂੰ ਜ਼ਮੀਨ ਮੈਂ 1.5 ਕਿੱਲਾ ਲਿਖਾਊਂਗਾ ਭਾਈ ਕੱਲ੍ਹ ਨੂੰ 1.5 ਕਿੱਲਾ ਕਰਾ ਦੂੰ ਬਾਬੂ ਮੈਨੂੰ ਰੁਪਈਆ 4.5 ਲੱਖ ਦੇ ਦਿਓ ਮੇਰੀ ਮਜਬੂਰੀ ਹੈ ਮੇਰੀ ਮਜਬੂਰੀ ਨੰਬਰ ਤੜਕੇ ਲੇਟ ਤਾਂ ਨਹੀਂ ਹੁੰਦਾ ਮੈਂ 9 ਵਜੇ ਨੂੰ ਤੁਹਾਡੇ ਕੋਲ ਦੁਕਾਨ 'ਤੇ ਆ ਜੂੰਗਾ ਫਿਰ ਆਪਣਾ ਮੁੰਡਾ ਗਿਆ ਭਾਈ ਘਰੇ ਤੈਨੂੰ ਘੰਟੇ ਤੱਕ ਅਸੀਂ 4.5 ਲੱਖ ਰੁਪਈਆ ਦੇ ਦਾਂਗੇ ਤੜਕੇ ਨੰਬਰਦਾਰ ਗਵਾਹ ਲੈ ਕੇ ਤਹਿਸੀਲ 'ਚ ਦੜਪੇ ਆ ਜੀ ਮੈਂ ਆ ਜੂੰਗਾ ਬਾਬੂ ਜੀ ਮੈਂ 9 ਵਜੇ ਤੱਕ ਤੁਹਾਡੇ ਕੋਲ ਪਹੁੰਚ ਜੂੰਗਾ ਆਪਾਂ ਇੱਥੋਂ ਬਹਿ ਕੇ ਗੱਡੀ 'ਚ ਕਚਹਿਰੀਆਂ ਨੂੰ ਜਾਵਾਂਗੇ ਅੱਛਾ ਉਸ ਤੋਂ ਬਾਅਦ ਭਾਈ ਤੇਰੇ ਘਰ ਵਾਲੀ ਦੀ ਵੀ ਸਹਿਮਤੀ ਪਵਾਵਾਂਗੇ ਵਿੱਚ ਮੈਂ ਪਵਾ ਦੂੰਗਾ ਜੀ ਕੋਈ ਨਾ ਜੀ ਘਰ ਦੇ ਸਹਿਮਤ ਨੇ ਤੇਰੇ ਨਾਲ ਸਹਿਮਤ ਨੇ ਮੇਰੇ ਫਿਰ ਪੈਸੇ ਮਿਲਣਗੇ ਹਾਂ ਜੀ ਸਾਰੇ ਸਹਿਮਤ ਫਿਰ ਤੈਨੂੰ ਅਸੀਂ ਘੰਟੇ ਤੱਕ ਭਾਈ ਮੁੰਡਾ ਘਰੇ ਗਿਆ ਹੈ ਪੈਸੇ ਬੜਾ ਛੇਤੀ ਕਰ ਦਿੰਦੇ ਮੈਂ ਬਾ ਘੰਟੇ ਤੋਂ ਪਹਿਲਾਂ ਘੰਟੇ ਨੂੰ ਆ ਜੂ ਭਾਈ ਮੁੰਡਾ ਉਦੋਂ ਦੇ ਦਾਂਗੇ ਮੈਂ ਫਿਰ ਪੈ ਜਾਣਾ ਉਰੇ ਘੰਟਾ ਨਾ ਘੰਟਾ ਤੂੰ ਜਾਇਓ ਇਤਨੇ ਹੋਰ ਕੰਮਾਂ ਕਰਿਓ ਅੱਡੇ 'ਚ ਕੋਈ ਸੌਦਾ ਪੱਤਾ ਲੈਣਾ ਹੁੰਦਾ ਉਹ ਲਿਓ ਕੋਈ ਆਹ ਸਾਂਭ ਕੇ ਰੱਖ ਇਹ ਤਾਂ ਰੱਖ ਲੈਣਾ ਜੀ ਇਹ ਤਾਂ ਮੈਂ ਉਰੇ ਰੱਖ ਲਈ ਕਾਗਜ਼ ਤੁਹਾਡੇ ਉਹ ਇਹ ਤੜਕੇ ਮੈਂ ਅਰਜੀ ਨਹੀਂ ਵੀ ਤੁਹਾਨੂੰ ਟੈਸਟ ਕਰਾ ਕੇ ਤੈਨੂੰ ਉੱਥੇ ਮੈਂ ਗਹਿਣੇ ਦੀ ਰਜਿਸਟਰੀ ਕਰਾਉਂ ਪਰ ਕੋਈ ਨਹੀਂ ਮੈਂ ਕਰਵਾ ਦੂੰਗਾ ਹਾਂ ਘਰਦਿਆਂ ਨੂੰ ਨਾਲ ਲਿਆਈ ਸਹਿਮਤੀ ਪਵਾਵਾਂਗੇ ਮੈਂ ਲਿਆਊਂਗਾ ਇੱਕੋ ਹਾਂਜੀ ਹਾਂ ਘੰਟੇ ਨੂੰ ਆ ਜਾਣਗੇ ਪੈਸੇ ਹਾਂ ਘੰਟੇ ਨੂੰ ਮਿਲ ਜਾਣਗੇ ਜੀ ਆਉਣ ਵਾਲੇ ਨੇ ਚਲੋ ਜੀ ਹਾਂ ਜੀ ਹਾਂ ਧੰਨਵਾਦ ਜੀ ਚੰਗਾ ਦੇਖ ਕੇ ਕਰਿਆ ਕਰੋ ਖਰਚਾ ਕੋਈ ਨਹੀਂ ਖਰਚੇ ਦਾ ਦੇਖ ਕੀ ਕਰਦੇ ਆ ਸੱਲ ਨਹੀਂ ਪਾਉਂਦੇ ਨਾ ਸਾਡੇ ਨਾਲ ਆਏ ਹੈਗਾ ਜਦੋਂ ਆਪਾਂ ਸੱਲ ਲਾ ਦਿੰਦੇ ਹੈਗੇ ਉਹ ਹੋਰ ਪਾਸੇ ਟੇਡਾ ਵਗ ਜਾਂਦਾ ਹਾਂ ਅੱਖ ਤੋਂ ਥੋੜਾ ਜਿਹਾ ਮੇਰਾ ਘੱਟ ਦੀਦਾ ਹੈਗਾ ਅਸੀਂ ਸੱਲ ਤੋਂ ਬਿਨਾਂ ਮੈਂ ਠੀਕ ਕਰ ਦਿੰਦਾ ਹੈਗਾ
जो डाक डाक लिया जाके नहीं उल पा उदू चार मेज बना दू मैं निशानियां ला के सही लाई कि गलत ला दे थल डिग जाएगा थल्ले आया हाँ थल्ले आया ले आया पेमेंट ना कोई ना पूरे ने किन्ने ने बस फटे तो कड़ा बेतबारी है कोई ना हाथ मारन की है बस पूरी होने कोई ना साढ़े चार है हाँ। चल पंजाब मैं पा दूंगा होर की है ढापन करती अगले दी मेरी गल सुन ला प्यारे हाँ हरनेक नूं भाई हुण तू समझा दे सारी गल भी भाई अज तो बाद मेरी कुड़ी दा किसे लवे करे ना जिक्र हुण आपां की समझाउणा आह मुँह ते जंदा लाउण नूं आ बस ठीक मुँह ते जंदा ही आ जे तू कहे मैं तेरे नाल बाग चल ना ना तू की करेगा चुप करके तू इत्थे ही रह आया हुण देख भकया होया कम उहने तेरे गल च हथ पाता भाई ओह हैं चार गल्लां उहने कहते चार गल्लां तू कहते हुण तां निबड़दा पैसिआं नाल ਹੋਰ ਵਾਧਾ ਵੱਧ ਜੂ ਫਿਰ ਕੀ ਕਰਾਂਗੇ ਹੈ ਹੌਲੀ ਹੌਲੀ ਮੈਂ ਤਾਂ ਮਨਾਇਆ ਉਹ ਤਾਂ ਕਹਿੰਦਾ ਕੋਈ ਨਾ ਵਾਗ ਜੀ ਕੋਈ ਨਾ ਚਾਹ ਪੀ ਕੇ ਜਾਨ ਚਾਹ ਨਹੀਂ ਮੈਨੂੰ ਤਾਂ ਕਹਿੰਦਾ ਮੈਨੂੰ ਤਾਂ ਕਹਿੰਦਾ ਕਹਿੰਦਾ ਅਖੇ ਕਹਿੰਦਾ ਵੀ ਪਿਆਰਿਆ ਮੈਂ ਕਿਹਾ ਹਾਂ ਕਹਿੰਦਾ ਵੀ ਕਹਿੰਦਾ 8 ਤੋਂ ਨਹੀਂ ਘੱਟ ਕਰਦਾ ਮੈਂ ਕਿਵੇਂ ਨਾ ਕਿਵੇਂ ਉਹਨੂੰ ਡਾ ਪਾ ਕੇ ਹੌਲੀ ਹੌਲੀ ਟਿੱਬੇ ਦੇ ਪਾਣੀ ਚਾੜਿਆਗਾ ਹੈ ਹੁਣ ਮੈਨੂੰ ਕਹਿੰਦਾ ਐਂ ਕਰੀ ਕਹਿੰਦਾ ਆਥਣ ਤੱਕ ਹੱਲ ਕਰ ਐਂ ਗਲ 'ਤੇ ਤਲਵਾਰ ਧਰਦਾ ਮੈਂ ਕਿਹਾ ਕੋਈ ਨਾ ਕਰਾਂਗੇ ਮੈਂ ਤਾਂ ਦੱਸਿਆ ਨਹੀਂ ਮੈਂ ਪਾਇਆ ਫਿਰ ਉਹ ਵੀ ਹੋਰ ਕਰ ਦਿੰਦਾ ਕਿ ਜਾਰੀ ਆ ਹੁਣ ਹੈ ਪਾਗ ਤੇਰੇ ਰਿਸ਼ਤੇਦਾਰਾਂ ਨੂੰ ਤੂੰ ਹੀ ਚੰਗਾ ਦੇਖ ਨਾ ਨਾ ਬਈ ਆਪਾਂ ਤਾਂ ਦੇਖ ਯਾਰ ਤੂੰ ਹੀ ਚੰਗਾ ਨਿਕਲਿਆ ਤੇਰੇ ਵਰਗਾ ਯਾਰ ਹੋਣਾ ਚਾਹੀਦਾ ਹੈ ਯਾਰ ਪਤਾ ਤੇਰੇ ਵਰਗਾ ਯਾਰ ਪਤਾ ਨਹੀਂ ਕਿਉਂ ਪਤਾ ਕੀ ਗੱਲ ਆ ਹਰੀ ਪਤਾ ਨਹੀਂ ਕੋ ਪਹਿਲੇ ਦਿਨ ਨਾ ਤਾਂ ਮਾੜਾ ਪਾਇਆ ਤਾਂ ਕਰਿਆ ਨਾ ਆਪਣੇ ਤੋਂ ਹੁੰਦਾ ਮਾੜਾ ਨਹੀਂ ਕਰਿਆ ਮੈਂ ਤਾਂ ਹਾਂ ਚੱਲ ਪਰਮਾਤਮਾ ਇੱਥੇ ਤੱਕ ਤਾਂ ਵੀ ਲੈ ਆਇਆ ਬਈ ਹਾਂ ਕੁਛ ਨਹੀਂ ਛੱਡਿਆ ਸੱਚੇ ਪਾਤਸ਼ਾਹ ਨੇ ਹਰੀਆਂ ਵੇਲਾਂ ਕਰਤੀਆਂ ਹਰੀਆਂ ਵੇਲਾਂ ਕਰਤੀਆਂ ਹਰੀਆਂ ਵੇਲੀਆਂ ਹੈ ਚੱਲ ਮੈਂ ਚੱਲ ਕੋਈ ਕੋਈ ਘਾਟ ਹੀ ਨਹੀਂ ਹੈਗੀ ਹਾਂ ਹੁਣ ਦੋਤੀ ਹੈ ਦੋਤੀ ਕਹੀ ਜਾਂਦੀ ਆਪਾਂ ਭਾਈ ਬਾਹਰ ਜਾ ਹਾਂ ਪੀਸੇ ਬਹਿ ਜਾ ਪੁੱਤ ਦੋਤੀ ਕਹੀ ਜਾਂਦੀ ਹੈ ਹਾਂ ਵੀ ਐਂ ਕਰਕੇ ਵੀ ਉੱਥੇ ਹੀ ਕਰਨਾ ਬਾਹਰ ਬੂਰ ਕੋਰਸ ਹੁਣ ਉਹਦੇ 'ਤੇ ਪੈਸੇ ਲੱਗ ਗਏ ਨਹੀਂ ਤਾਂ ਤੈਨੂੰ ਲੋੜ ਹੀ ਨਹੀਂ ਤੀ 50 ਚੱਲ ਮੈਂ ਹੁਣ ਪਾ ਰਿਹਾ ਮੈਂ ਤਾਂ ਲੱਖ ਪਾ ਦਿੰਦਾ ਕੋਈ ਨਾ ਹਾਂ ਐਂ ਆਪਾਂ ਭੱਜੇ ਨਹੀਂ ਕਿਸੇ ਤੋਂ ਹੈ ਮੈਨੂੰ ਅੱਡੇ ਤੱਕ ਤਾਰੇ ਹਾਂ ਅੱਡੇ ਤੱਕ ਐਂ ਕਰ ਤੂੰ ਮੈਂ ਬੈਂਚ ਜੇ ਬਣਾ ਦਾਂ ਮੈਂ ਕਿਹਾ ਮੁੰਡਾ ਲੱਗ ਰਿਹਾ ਤੂੰ ਛੱਡੇ ਆਉਣਾ ਭੱਜ ਕੇ ਬਣਾ ਚੱਲ ਛੱਡੇ ਆਉਣਾ ਫਿਰ ਹੋਰ ਕੀ ਆ ਓਏ ਐਂ ਕਰੀ ਆ ਲਾ ਮਾੜਾ ਫਲਾਕੜਾਈਆਂ ਦੋ ਹੈ ਹਾਂ ਦੇਣੇ ਨੇ ਫਿਰ ਇਹ ਤੂੰ ਛੇਤੀ ਕਰੀ ਮਾੜਾ ਜਾ ਹੋਰ ਚਾਚਾ ਠੀਕ ਹੈ ਕਿਹੜਾ ਮੈਂ ਆ ਆਹੋ ਠੀਕ ਆ ਹੋਰ ਠੀਕ ਆ ਵਧੀਆ ਹੋਰ ਕਿਵੇਂ ਇਕੱਠਾ ਹੋਇਆ ਪਿਆ ਬਸ ਠੰਡ ਜੀ ਲੱਗ ਰਹੀ ਆ ਅੱਛਾ ਸਿਮੂ ਕਿੱਥੇ ਹੈ ਹੈ ਸਿਮੂ ਉਹ ਇੱਥੇ ਫਿਰਦਾ ਹੂ ਕੋਲੇ ਕਾਹ ਦਾ ਸਿਮੂ ਉਹ ਤਾਂ ਤੇਰੇ ਵਰਗਾ ਕਿਹੜਾ ਘਰੇ ਵੜਦਾ ਭੈਣ ਦਾ ਖਾਸ ਲੈ ਲੈ ਬਈ ਉਹਨੇ ਤਾਂ ਕੀ ਕਹਿ ਤੂੰ ਇਹ ਜਾ ਲੈ ਲੈ ਕਾਲੇ ਹੁਣੇ ਤਾਂ ਚੱਲ ਦਿਲ ਨਾ ਹੌਲਾ ਕਰ ਕੀ ਨਾ ਕਰ ਯਾਰ ਮੇਰੇ ਸਾਲੇ ਦੀ ਨੀਂਦ ਸਾਨੂੰ ਨਹੀਂ ਆਉਂਦੀ ਕੋਈ ਨਹੀਂ ਤਾਂ ਕਿਉਂ ਕਰਦਾ ਮੈਂ ਆ ਹੁਣ ਇੱਥੇ ਗਿਆ ਦੀ ਸੱਥ ਚ ਬੈਠਣ ਨਹੀਂ ਦਿੱਤਾ ਪਹਿਲੀ ਗੱਲ ਛੇੜ ਦੀ ਕਿੱਥੇ ਬੰਦਾ ਮੂੰਹ ਦਿਖਾਊ ਉਹ ਇਹਦਾ ਲੋਕ ਨੇ ਯਾਰ ਸਵਾਦ ਕੁੱਟਦੇ ਨੇ ਤਾਂ ਯਾਰ ਇਹਨਾਂ ਦਾ ਕੀ ਹੈ ਉਹ ਤਾਂ ਹੈਗੀ ਆ ਗੱਲ ਮੇਰੇ ਨਾਲ ਤਾਂ ਸਾਲੇ ਆਵਾਂ ਹੀ ਹੋਇਆ ਹੈ ਉਹ ਮੇਰੇ ਨਾਲ ਤਾਂ ਆਪਾਂ ਹੀ ਹੋਇਆ ਤੀ ਤੇਰੇ ਨਾਲ ਕੀ ਪਾਣਾ ਵਾਪਰ ਗਿਆ ਉੱਥੇ ਬਠਿੰਡੇ ਲੱਗਿਆ ਸੀ ਮੈਂ ਸੈਂਟਰ ਵਿੱਚ ਹਾਂ ਮਾਸੀ ਕੋਲ ਲੱਗ ਗਿਆ ਮੈਂ ਹਰ ਦਾ ਇੱਕਦਮ ਮੇਰੇ ਸਾਲੇ ਇਹਨਾਂ ਨੂੰ ਛੱਡ ਗਿਆ ਉਹ ਬੁਰੀ ਜ ਪਾ ਕੇ ਕਿਤੇ ਚੱਲ ਕੋਈ ਨਹੀਂ ਆ ਹੋ ਪਾਲਾ ਜਾਂ ਉਤਰਨ ਦੇ ਨੂੰ ਮੈਂ ਟਪਾ ਕੇ ਮੂਨਕ ਤੂੰ ਖੜ ਜਾ ਹੋਰ ਆ ਸਾਨੂੰ ਪਾਪ ਕਰਦਾ ਜਵਾਕ ਨੇ ਉਹ ਤਾਂ ਮੈਂ ਬਠਿੰਡੇ ਕਰਦਾ ਸੀ ਤਿਆਰੀ ਬਠਿੰਡੇ ਤਿਆਰੀ ਕਰਦਾ ਸੀ ਮਾਸੀ ਕੋਲ ਆਹੋ ਉੱਥੇ ਲੱਗ ਗਈ ਦੀ ਇੱਕ ਕੁੜੀ ਮੇਰੇ ਨਾਲ ਹਾਂ ਬਸ ਆਈ ਰਿਲੇਸ਼ਨ ਜੀ ਚ ਹੋ ਗਏ ਹਾਂ ਬਸ ਮੈਨੂੰ 10 ਪਾ ਦੇ 5 ਪਾ ਦੇ ਹਾਂ
मेरे साले की बड़े बड़े बुलाई वाली मैं लुट लिया बी उन्हें या फिर मैं मंगे आपके बारी महा पैसे तो दे दे दो दिन का फोन चक्या बस घक्कर बकर बिच काम वो कहते एक तो बंदा गंजे उत्तो गड़े पै गए ਉਹੀ ਆ ਇਹ ਭੈਣ ਦਾ ਇਹ ਸਾਰੇ ਕੀਤੀ ਉਹ ਹੋਇਆ ਹੋਇਆ ਹੁਣ ਸਾਡੇ ਨਾਲ ਥੋੜ੍ਹੀ ਹੋਈ ਆ ਜੇ ਤੁਸੀਂ ਪਹਿਲਾਂ ਦੱਸੋ ਵੀ ਭਾਈ ਅਸੀਂ ਸਾਡੀ ਕੁੜੀ ਹੋਰ ਕਿਤੇ ਉਹ ਆ ਹਾਂ ਸਾਡੀ ਕੁੜੀ ਹੋਰ ਕਿਤੇ ਪਹਿਲਾਂ ਨਾ ਦੱਸੇ ਚੱਜ ਦਾ ਨਹੀਂ ਹੈਗਾ ਵੀ ਵਿਚੋਲਾ ਜਾ ਕਿਹੜਾ ਹੋਰ ਨੇ ਕਿਹਾ ਆ ਗਿਆ ਆ ਗਿਆ ਚੱਲ ਕਰ ਲੈ ਤਾ ਗੱਲ ਹਾਂ ਠੀਕ ਆ ਚੰਗਾ ਆ ਕਿਹੜਾ ਬਚਣਾ ਆ ਚੱਲ ਓਏ ਇਹਦਾ ਇਹਨਾਂ ਦੀ ਨਾਲ ਦੇ ਦਾ ਗਵਾਂਢੀਆਂ ਦਾ ਅੱਛਾ ਹੋਰ ਫਿਰ ਪਿਆਰੇ ਹੋਰ ਵਧੀਆ ਤੂੰ ਸੁਣਾ ਠੀਕ ਹੈ ਠੀਕ ਆ ਹਾਂ ਕਿਵੇਂ ਬਹਿ ਕੇ ਇੱਧਰ ਕੱਲਾ ਜਾ ਉੱਧਰ ਤਾਂ ਜਾਣ ਨੂੰ ਜੀ ਨਹੀਂ ਕਰਦਾ ਸ਼ੋਰ ਜਾਂ ਕਿੱਧਰ ਲੰਘਿਆ ਹੋਇਆ ਇੱਥੇ ਹੀ ਫਿਰਦਾ ਉਹ ਹੁਣ ਤਾਂ ਚੱਕ ਲੈ ਪਿਆਰੇ ਰੱਬੂ ਹਲੇ ਕੀ ਦੇਖਿਆ ਆਪਾਂ ਓਏ ਭੈਣ ਦਾ ਉਮਰਾਂ ਤਾਂ ਬੀਤ ਗਈਆਂ ਲੈ ਹਲੇ ਤਾਂ 50 ਸਾਲ ਦੀ ਉਮਰ ਆ ਆਪਣੀ ਹਲੇ ਕਿਹੜੀ ਉਮਰ ਹੋ ਗਈ ਯਾਰ ਅੱਧੀ ਤਾਂ ਟੱਪ ਗਈ ਲੈ ਅੱਧੀ ਕੋਣ ਟੱਪ ਗਈ ਉਮਰ ਯਾਦ ਹੈ ਜਦੋਂ ਅਸੀਂ ਪਿਛਲੇ ਘਰ ਹੁੰਦੇ ਸੀਗੇ ਸਾਡੇ ਉਹਨਾਂ ਨੂੰ ਟੋਲਾ ਪਹਿਲਾਂ ਰਹਿੰਦੇ ਹੁੰਦੇ ਸੀਗੇ ਪਿਛੋਕੜ ਟੋਲਾ ਦਾ ਸਾਡਾ ਜਿਹੜਾ ਮਲੇਰਕੋਟਲੇ ਲਵੇ ਨੇ ਮਲੇਰਕੋਟਲੇ ਹਾਂ ਹਾਂ ਨਾਮ ਕਹਿੰਦੇ ਨਿੱਕਰ ਟੋਲਾ ਨਾ ਉਧਰ ਨਹੀਂ ਮਲੇਰਕੋਟਲੇ ਵਾਲੀਆਂ ਅੱਛਾ ਹਾਂ ਤੇ ਉਧਰ ਮਤਲਬ ਛੋਟਾ ਛੋਟਾ ਹੁੰਦਾ ਸੀ ਜਦੋਂ ਅਸੀਂ ਪੁਰਾਣੇ ਘਰ ਰਹਿੰਦੇ ਹੁੰਦੇ ਸੀ ਹਾਂ ਜਿਹੜਾ ਪਾਂਡੂਆਂ ਦੇ ਡਲਿਆਂ ਨਾਲ ਉਹ ਅਸੀਂ ਘਰ ਪਾਏ ਹੋਏ ਨੇ ਓਏ ਹਾਂ ਬਥੇਰੇ ਕੰਮ ਕਰਦੇ ਓਬੇ ਜੋ ਲੈ ਆਉਂਦੇ ਕੰਧਾਂ ਬਣਾਈ ਜਾਂਦੇ ਪਾਂਡੂ ਜਦੋਂ ਭੈਣਾਂ ਮੀਂਹ ਆਉਂਦਾ ਦਾਲ ਕੰਧ ਵੱਜਦੀ ਸਾਡੇ ਮੁੰਡਾ ਦੀ ਕਬੰਟੀ ਹਾਂ ਪੈਂਦਾ ਸਾਨੂੰ ਲਵੇੜ ਦਿੰਦਾ ਭਾਈ ਸਾਡੀ ਮਾਂ ਫਿਰ ਲੜ ਪੈਂਦੀ ਹਾਂ ਵੀ ਤੁਹਾਨੂੰ ਤਾਂ ਹੁਣ ਤਾਂ ਨਵਾਇਆ ਤੀ ਉਦੋਂ ਖਰਾਕਾਂ ਖੁੱਲੀਆਂ ਹੁੰਦੀਆਂ ਹਾਂ ਆਈ ਖੇਡੀ ਜਾਂਦੇ ਆਈ ਆਈ ਖੇਡੀ ਜਾਂਦੇ ਗੁੜ ਲਾਲਾ ਕਰ ਕਰ ਖਾਈ ਜਾਂਦੇ ਅੱਗੇ ਗੁੜ ਲਾਲਾ ਆ ਹੁਣ ਦੇਖ ਲੈ ਮੇਰੇ ਸਾਲ ਦਾ ਇੱਥੇ ਭੱਜ ਲੈ ਜਵਾਕ ਦਮ ਚੜ ਜਾਂਦਾ ਹੁਣ ਤਾਂ ਕਿਹੜੇ ਖਰਾਕਾਂ ਆ ਕੱਲ ਭੋਲੇ ਦਾ ਮੁੰਡਾ ਭੱਜ ਲੈ ਇੱਥੇ ਹਾਂ ਮੁੰਡਾ ਪਿੰਡੀ ਵਾਲਾ ਵਾ ਹੁੰਦਾ ਅੱਛਾ ਐ ਬਾਲ ਲਵਾਦੀ ਟਾਪ ਮੇਰੇ ਸਾਲੇ ਦੋਨੇ ਹੌਕਣ ਲੱਗ ਗਏ ਲੈ ਦੇਖ ਲੈ ਅੱਗੇ ਗੁੜ ਲਾਲਾ ਕਰੀ ਜਾਂਦੇ ਚੱਬ ਕੇ ਛੋਲੇ ਆਹੋ ਕਹਿੰਦਾ ਪਾਪਾ ਮੇਰਾ ਕਹਿੰਦਾ ਉਦੋਂ ਪੜਦਾ ਹੁੰਦਾ ਸੀ ਉਦੋਂ 8ਵੀਂ ਚ ਵੱਡੀ ਕਰਾਰੀ ਵਾਲਾ ਹੁੰਦਾ ਸੀ ਉਹਦੇ ਮਤਲਬ ਸਾਈਕਲ ਹਾਂ ਦੇਖ ਲੈ ਐਟਲਸ ਸੂਕਦਾ ਜਾਂਦਾ ਸੀ ਸੂਕਦਾ ਜਾਇਆ ਆ ਪਿਆਰੇ ਫਿਰ ਕੰਮ ਹਾਂ ਹੈਂ ਬਣ ਗਿਆ ਕੰਮ ਕੰਮ ਬਣ ਗਿਆ ਚੱਲ ਵਧੀਆ ਬੋਲਿਆ ਨਹੀਂ ਕੁਛ ਬੋਲਣਾ ਤਾਂ ਕੀ ਹੈ ਹੈਂ ਲੈ ਮਾਰ ਲਾ ਹੱਥ ਹੱਥ ਦਾ ਕੀ ਮਾਰਨਾ ਬਸ 3.5 ਹੋਊਗਾ ਅੱਡੇ ਤਿੰਨ ਤਾਂ ਨਹੀਂ ਹੈਗਾ ਹਾਂ ਤਿੰਨ ਹੈ ਗੱਲ ਤਾਂ 3.5 ਤੇ ਹੋਈ ਸੀ ਆਪਣੀ ਗੱਲ ਤਾਂ ਹੋਈ ਸੀ ਫਿਰ ਤੈਨੂੰ ਦੱਸਿਆ ਤਾਂ ਹੈਗਾ ਸੀ ਮਹਾਂ ਥੋੜ੍ਹਾ ਮੋਟਾ ਮੇਰਾ ਬਣਦਾ ਫਿਰ 50 ਕਰ ਲਿਆ ਤਾਂ ਹਾਂ 50 ਕਰ ਲਿਆ ਮੈਂ ਅੰਨਾ ਤਾਂ ਫਿਰ ਹੈਂ 20-20 ਕਰ ਲਾ ਤੂੰ ਫਿਰ ਉਹੀ ਜੀ ਜਿਹੜੀ ਤੁਸੀਂ ਕਹਿੰਦੇ ਸੀ ਛਾਂਪ ਪਾਵਾਂਗੇ ਪਰ ਛਾਂਪ ਤਾਂ ਨਹੀਂ ਪਾਈ ਫਿਰ ਮੈਂ ਹੁਣ ਛਾਂਪ ਤਾਂ ਕਿਹੜੀ ਰਹਿ ਗਈ ਪਿਆਰੇ ਭੈਣ ਦਾ ਖਸਮ ਇੱਥੇ ਲੜ ਲੜਾਈਆ ਤਾਂ ਹੋ ਚੱਲ ਵਿਚੋਲੇ ਦਾ ਤਾਂ ਜਿਹੜਾ ਵਿਆਹ ਹੁੰਦਾ ਖਰ ਉਹ ਤਾਂ ਦੇਖ ਉੱਜੜੇ ਬਸੇ ਘਰ ਹੈ ਕਿਹੜਾ ਜਾਪਦਾ ਵਿਚੋਲਾ ਜਿਹੜਾ ਵਿਚੋਲੇ ਵਾਲਾ ਕੰਮ ਕਰਦਾ ਸਾਰੀ ਉਮਰ ਦਾ ਕਿਹੜਾ ਠੇਕਾ ਲੈ ਹੁੰਦਾ ਚੱਲ ਹੈ ਵਿਚੋਲਾ ਕਿਹੜਾ ਬੌਂਡ ਭਰਦਾ ਚੱਲ ਹਾਂ ਬਾਕੀ ਮਾਰ ਲਾ ਹੱਥ ਨਾ ਨਾ ਤੇਰੇ ਤੇ ਯਕੀਨ ਨਾ ਨਾ ਆਪਾਂ ਤਾਂ ਕੁਛ ਨਹੀਂ ਦੇਖ ਆਪਾਂ ਤਾਂ ਕਹਿਣਾ ਆਪਾਂ ਕਿਹੜਾ ਘਰੇ ਰੱਖਣੇ ਨੇ ਆਪਾਂ ਤਾਂ ਭਾਈ ਮੈਂ ਤਾਂ ਦੇਖ ਉਹ ਵੀ ਚੱਕਿਆ ਦੀ ਫੜਾ ਉਹ ਵੀ ਕਹਿ ਕੇ ਆਵਾਂ ਭਾਈ ਹੁਣ ਵੀ ਦੇਖ ਲਓ ਜੇ ਕੁੜੀ ਮੰਨਦੀ ਹੈ ਨਾ ਨਾ ਭਾਈ ਆਪ 7 ਵਾਰੀ ਨਾਮ ਸ਼ਿਕਾਰ ਆ ਹਾਂ ਹੁਣ ਨਹੀਂ ਵੀਰ ਉਹ ਵੀ ਘਰ ਕਹਿੰਦਾ ਕਹਿੰਦਾ ਪੱਤੇ ਇਹ ਵੀਰ ਹੁਣ ਨਹੀਂ ਵੀਰ ਨਾ ਉਹ ਧਰਤੀ ਤਾਂ ਉਦੋਂ ਵੀ ਨਸਕਾਰੀ ਸੀ 7 ਵਾਰ ਜਦੋਂ ਰਿਸ਼ਤਾ ਲੈ ਕੇ ਗਈ ਸੀ ਉਦੋਂ ਕਿਹੜਾ ਨਸਕਾਰੀ ਨਾ ਨਾ ਵੀਰ ਹੁਣ ਨਹੀਂ ਵੀਰ ਬਥੇਰਾ ਹੋ ਗਿਆ ਦੇਖ ਲੈ ਕੁੜੀ ਮਲੇਰਕੋਟਲੇ ਦੀ ਇੱਕ ਹਾਂ ਬਹੁਤ ਸੁਨੱਖੀ ਕੁੜੀ ਆ ਸੁਖਦੀਪ ਹਾਂ ਹੈ ਤਾਂ ਦਹਾਜੂ ਇੱਕ ਜਵਾਕ ਵੀ ਆ ਖਰ ਪਰ ਕੁੜੀ ਭੈਣ ਤੂੰ ਐ ਲਾ ਲੈ ਪਾਂਡੂ ਦੇ ਡਲੇ ਵਰਗੀ ਆ ਚਾਹੇ ਕਾਦੇ ਮਰਜੀ ਡਲੇ ਵਰਗੀ ਹੋਵੇ ਚਾਹੇ ਕੋਈ ਨੂੰ ਰਹੀ ਰਹਾ ਹੋਵੇ ਹੁਣ ਮੁੰਡਾ ਸਾਡਾ ਦਹਾਜੂ ਨਾਲ ਵਿਆਹਾਂਗੇ ਹੋਰ ਹੁਣ ਕਿਹੜਾ ਦੇ ਦੂੰ ਬਾਈ ਮੁੰਡਾ ਸੈਕੰਡ ਹੈਂਡ ਹੋ ਗਿਆ ਤੁਹਾਡਾ ਕੀ ਹੁੰਦਾ ਉਹ ਤੂੰ 2 ਨੰਬਰ ਤੇ ਆ ਜਾਂਦਾ ਕਹਿੰਦੇ ਜਿਹਨੂੰ ਸੈਕੰਡ ਪੀਸ ਉਹ ਹੋ ਗਿਆ ਆਨੂੰ ਹੋ ਗਿਆ ਹਜੇ ਲਾ ਸਾਰੀ ਹਜੇ ਬਾਉੜਾ ਹੋਇਆ ਦੀ ਉਮਰ ਨਹੀਂ ਹੋਈ ਮੇਰੀ ਸਾਰੀ ਉਮਰ ਲੰਘ ਗਈ ਹਜੇ ਰਿਸ਼ਤਿਆਂ ਕ ਪਿੱਛੇ ਜਾ ਬੰਨੇ ਹੱਥ ਇੱਕ ਵਾਰੀ ਕਹਿੰਦੇ ਮੱਸੀ ਪੱਥਰ ਚੱਟ ਕੇ ਮੁੜੇ ਆਉਂਦੀ ਆ ਅਸੀਂ ਤਾਂ ਮੁੜੇ ਆਏ ਵੀਰ ਹੈ ਮੈਂ ਤਾਂ ਫਿਰ ਕੀ ਕਹਿਣਾ ਮੈਂ ਤਾਂ ਕਹਿੰਦੇ ਲਿਖਿਆ ਲੇਖਦੀਆਂ ਭੋਗ ਮਣਾ ਚਿੱਤ ਲਾ ਕੇ ਹੁਣ ਨਹੀਂ ਵੀਰ ਆਏ ਆ ਉਹ ਮੁੰਡਾ ਮੈਂ ਕਹਿੰਦੇ ਪੱਗ ਵਾਲਾ ਚਾਹੀਦਾ ਨਾ ਨਾ ਭਾਈ ਅਸੀਂ ਤਾਂ ਪੱਗ ਵਾਲਾ ਸਾਡਾ ਚਾਹੇ ਜ਼ਰੂਰ ਪੱਗ ਬੰਨਦਾ ਪਰ ਹੋ ਜੇ ਨਹੀਂ ਵਿਉਂਦੇ ਦੇਖ ਲੈ ਡਾਕਖਾਨੇ 'ਚ ਲੱਗੀ ਹੋਈ ਆ ਕੁੜੀ ਚਾਹੇ ਕਿੱਥੇ ਮਰਜ਼ੀ ਲੱਗਿਆ ਹਜੇ ਨਹੀਂ ਸਾਡਾ ਹੱਥ ਖੜੇ ਹੋ ਗਏ ਚੱਲ ਹਾਂ ਠੀਕ ਆ ਭਾਈ ਆਪਾਂ ਤਾਂ ਕਰਤਾ ਕੰਮ ਕਿਵੇਂ ਚੱਲੀ ਜਾਂਦਾ ਕੰਮ ਤਾਂ ਮੰਦਾ ਹੈ ਅੱਛਾ ਹਾਂ ਮੰਦਾ ਹੈ ਮੈਂ ਦਾ ਲੱਕੜ ਪਈ ਆ ਓਏ ਅੱਛਾ ਹਾਂ ਤੂੰ ਦਿਖਾ ਲਿਆਉਣਾ ਲੱਕੜ ਕਿਹੜੀ ਹੈ
ਲੱਕੜ ਸਪੈਦਾ ਟਾਲੀ ਹਾਂ ਹਾਂ ਦੋ ਨੇ ਗੀਆਂ ਨਮਾਰੀ ਜੀ ਕਹਿਣਾ ਭਰਾਉਣ ਨੂੰ ਹੈ ਨਮਾਰੀ ਜੀ ਹਜੇ ਤਾਂ ਕੀ ਭਰਾਉਣਾ ਹਜੇ ਤਾਂ ਵੀਰ ਅਸੀਂ ਆਪਦਾ ਦੇਖਾਂਗੇ ਕੋਈ ਨਾ ਦੇਖ ਲਾਂਗੇ ਆਪਾਂ ਘਾਟਾ ਵਾਲਾ ਪੈ ਗਿਆ ਦੇਖ ਲਾਂਗੇ ਉਹ ਇੰਨੇ ਘਾਟੇ ਵੱਧੇ ਤਾਂ ਚੱਲਦੇ ਰਹਿੰਦੇ ਤੂੰ ਸ਼ੁਕਰ ਕਰ ਨਿਬੜ ਗਿਆ ਤੁਹਾਡਾ ਹੈ ਇਹੋ ਜਿਹੇ ਬੰਦਿਆਂ ਨਾਲੋਂ ਕੱਲ ਨੂੰ ਕੋਈ ਹੋਰ ਨਿੱਕੀ ਗੱਲ ਹੋ ਜਾਂਦੀ ਫੇਰ ਓਏ ਉਹ ਤਾਂ ਠੀਕ ਆ ਹੁਣ ਦੇਖ ਲਾ ਦੀ ਬਹੂ ਨੇ ਮੂੰਹ ਕਾਲਾ ਕਰਵਾਤਾ ਪਹਿਲਾ ਸੱਥ ਚ ਗਿਆ ਤੀ ਉੱਥੇ ਕਹਿੰਦੇ ਥੋੜੀ ਬਹੂ ਬਾਗੀ ਮਹਾ ਪੇਪਰ ਦੇਣ ਗਈ ਹੋਈ ਆ ਹੋਰ ਕੀ ਆਖਾਂ ਤੂੰ ਕਹਿਦਾ ਕਾਗਜ਼ ਤਿਆਰ ਕਰਾਉਂਦੀ ਆ ਬਾਹਰ ਲੈ ਮਹਾ ਜੀ ਆਪਦਾ ਕਹਿੰਦੇ ਪੱਲਾ ਚੱਕਦੇ ਆਪਦੀ ਢਿੱਡ ਨੰਗਾ ਹੁੰਦਾ ਪਹਿਲਾਂ ਦੀ ਮੰਮੀ ਨੇ ਉਹ ਨਹੀਂ ਆਈ ਮੁੜ ਕੇ ਲੜਕੇ ਬਾਗ ਕੀ ਹੋ ਗਿਆ ਤੀ ਅੰਮਾ ਨੂੰ ਹੋਣਾ ਤਾਂ ਕੀ ਅੰਮਾ ਕਿਹੜੀ ਅੰਮਾ ਯਾਰ ਸੰਭਰੀ ਜਾਂਦੀ ਤੀ ਅੱਛਾ ਹੈ ਭਾਈ ਉਹਦੇ ਚਾਰ ਡਿੱਗ ਗਈ ਡਿੱਗਣ ਤੋਂ ਬਾਅਦ ਡਾਕਟਰ ਲਵੇ ਲੈ ਗਏ ਠੀਕ ਹੋ ਗਈ ਉਦੋਂ ਬਾਅਦ ਤਾਂ ਪਤਾ ਨੀ ਕੀ ਚੱਕਰ ਪੈ ਗਿਆ ਉੱਥੇ ਛੱਡਿਆ ਮੈਨੂੰ ਆਪਦੇ ਪਿੰਡ ਹੁਣ ਤੈਨੂੰ ਪਤਾ ਘਰੇ ਸਾਹਮਣੇ ਵਾਲਾ ਹੈ ਨਾ ਠੀਕ ਹੈ ਹਾਂ ਤੇ ਉੱਥੇ ਪਤਾ ਨੀ ਕੀ ਭਾਈ ਸਿਖਾਈ ਕੀ ਨਾ ਮੂੰਹ ਹੀ ਕਰਨੋਂ ਹਟ ਗਏ ਬਥੇਰਾ ਬੰਦੇ ਲੈ ਕੇ ਗਏ ਚੱਕ ਚ ਆ ਜਾਂਦੀ ਨੇ ਜਨਾਨੀ ਜਨਾਨੀ ਜਾਤ ਆ ਨਾ ਜਿਹੜੀ ਚੱਕ ਚ ਆ ਉਹ ਬਹੁਤ ਸਿਆਣੀ ਹੈ ਮੈਨੂੰ ਤਾਂ ਬਹੁਤ ਹਾਂ ਮੈਨੂੰ ਤਾਂ ਹੀ ਤੀਗਾ ਮਹਾ ਚੱਲ ਕੋਈ ਨਾ ਮਹਾ ਜੇ ਕੋਈ ਟੁੱਟ ਗਿਆ ਮਹਾ ਪੈਰ ਚੂੜਾ ਮਹਾ ਚਾਰ ਦਿਨ ਲਾ ਜਾਊ ਉੱਥੇ ਕਿਉਂ ਕੱਦੂ ਵੜਦੀ ਤੇ ਉਹਨਾਂ ਦੇ ਮੈਂ ਚੱਲ ਕਾਣੂ ਹੁਣ ਤੂੰ ਮਰੇ ਹੋਏ ਮੁਰਦੇ ਖੇਡਦਾ ਕੀ ਤਾਂ ਗੱਲ ਹੋ ਗਈ ਕਾਣੂ ਖੇਡਦਾ ਤੂੰ ਤਾਂ ਬੁਲਾਉਣੀ ਹਟ ਗਈ ਆ ਸਾਹਮ ਲਾ ਓਏ ਸਾਹਮ ਲੈ ਇਹਦਾ ਮੈਂ ਸ਼ਾਮ ਨੂੰ ਲੱਕੜ ਪਈ ਆ ਕੇ ਰਨ ਮੇੜਤਾ ਤੁਹਾਡਾ ਆਪਦਾ ਹੁਣ ਜਿਵੇਂ ਮਰਜੀ ਹੈ ਲੱਕੜ ਹਾਂ ਲੱਕੜ ਅੱਛਾ ਇੱਕ ਤਾਂ ਹੈਗਾ ਟਾਲੀ ਅੱਛਾ ਇੱਕ ਸਪੈਦਾ ਵਧੀਆ ਅੱਛਾ ਆਹੀ ਕਦੇ ਤੈਨੂੰ ਦਿਖਾ ਹਾਂ ਕੋਈ ਗੱਲ ਨਹੀਂ ਆ ਜਾਾਂਗੇ ਆਪਾਂ ਹਾਂ ਮੁੰਡੇ ਨਹੀਂ ਕੰਮ ਦੇ ਮੁੰਡੇ ਨਹੀਂ ਕੰਮ ਦੇ ਉਹਨਾਂ ਦੇ ਨਾਲੇ ਮੈਸਾਂ ਪਕਾਉ ਨੇ ਦੋ ਉਹਦਾ ਕਹਿੰਦੇ ਵੇਚਾਂਗੇ ਚਿੱਟਾ ਲਾਉਂਦੇ ਨੇ ਮੁੰਡੇ ਅੱਛਾ ਹਾਂ ਨੌ ਕਿੰਨੇ ਦੀ ਉਹ ਝੋਟੇ ਦੇ ਸਿਰ ਵਰਗੇ ਹਾਂ ਭੈਣ ਦੇ ਯਾਰ ਦਾ ਡੇੜੀ ਰਹਿ ਗਿਆ ਓਹ ਹੋ ਹੋ ਸਾਰੀ ਖਾ ਗਏ ਚਿੱਟੇ ਚ ਉਹ ਬਸ ਆ ਸਫੀਪੁਰ ਮੁੰਡੇ ਦੋ ਗਾਲ ਤੇ ਦੋ ਗਾਲ ਤੇ ਮੁੰਡੇ ਚਿੱਟਣੇ ਸਫੀਪੁਰਾ ਹੈ ਉਹਦੀ ਮਾਂ ਰੋਂਦੀ ਆ ਰੋਂਦੀ ਆ ਉਹਦੀ ਮਾਂ ਅੱਛਾ ਚੱਲ ਚੰਗਾ ਨਿਕ ਚੰਗਾ ਹਾਂ ਦੇ ਇਜਾਜ਼ਤ ਬਈ ਹੈ ਠੀਕ ਹੈ ਓਏ ਹਾਂ ਨਾ ਨਹੀਂ ਆ ਜਾ ਨਾ ਨਾ ਹੈ ਬੰਨ ਪੈ ਜਾਂਦਾ ਹੁਣ ਝੋਲੇ ਚ ਪਾ ਦੇਣਾ ਨਾ ਨਹੀਂ ਸੱਚੇ ਪਾਸ਼ ਕੇ ਪਕਰੇ ਚੱਲ ਉਹ ਜਾਣੇ ਵਾਹਿਗੁਰੂ ਲੈ ਮੇੜ ਤਾਂ ਕੀ ਲੱਗਿਆ ਪੈਂਦਾ ਰੁਪਿਆ ਡੇਢ ਲੱਖ ਬਣ ਗਿਆ ਮੈਂ ਕਹਿੰਦਾ ਯਾਰ ਘਰ ਵਸਾਉਣ ਨਾਲੋਂ ਘਰ ਵਸਾ ਕੇ ਜਾੜਨ ਵਾਲਾ ਸਿਸਟਮ ਜਿਹਾ ਵਧੀਆ ਮੈਂ ਵਧੀਆ ਕਮਾਈ ਹੁੰਦੀ ਹੈਗੀ ਸ਼ਾਮ ਪਤਾ ਨੇ ਨਹੀਂ ਭਾਈ ਹੁਣ ਦੇਖੀ ਆ ਡੇਢ ਲੱਖ ਦੀ ਡਲੀ ਵਰਗੀ ਬਣਾਊਂਗਾ ਸ਼ਾਮ ਕੰਮ ਹੀ ਆਹ ਕਰਦੇ ਹਾਂ।